ਪੰਜਾਬ ਦੇ ਗੱਲਬਾਤ ਕਰੀਏ ਤਾਂ ਪੰਜਾਬ ਦੀਆਂ ਜੇਲਾ ਅਕਸਰ ਸੁਰੱਖਿਆ ਵਿੱਚ ਰਹਿੰਦੀਆਂ ਨੇ ਪਰ ਕਈ ਵਾਰ ਕੁਝ ਕਰਮਚਾਰੀ ਕੁਝ ਅਜਿਹਾ ਕਰਦੇ ਨੇ ਜਿਸ ਦੇ ਕਰਕੇ ਜਿਹੜੀ ਨੈਗੇਟਿਵ ਚੀਜ਼ ਹੁੰਦੀ ਹੈ ਉਹ ਪੋਜ਼ਿਟਿਵ ਹੁੰਦੀ ਹੋਈ ਵੀ ਦਿਖਾਈ ਦਿੰਦੀ ਹੈ ਅਜਿਹਾ ਮਾਮਲਾ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਸਾਹਮਣੇ ਆਇਆ ਜਿੱਥੋਂ ਕਿ ਇੱਕ ਜੂਨੀਅਰ ਅਧਿਕਾਰੀ ਵੱਲੋਂ ਇੱਕ ਸੀਨੀਅਰ ਅਧਿਕਾਰੀ ਨੂੰ ਅੰਦਰ ਕੁਝ ਡਰੱਗਸ ਵਰਗਾ ਸਮਾਨ ਲੈ ਕੇ ਜਾਂਦੇ ਹੋਏ ਪਕੜਿਆ ਗਿਆ ਹੈ ਅਤੇ ਮੌਕੇ ਤੇ ਆਪਣੇ ਸੀਨੀਅਰਸ ਨੂੰ ਬੁਲਾ ਕੇ ਉਹਨਾਂ ਤੇ ਕਾਰਵਾਈ ਕਰਵਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਮਾਮਲਾ ਬੀਤੀ ਸ਼ਾਮ ਦਾ ਹੈ ਜਿੱਥੇ ਕਿ ਇੱਕ ਜੋ ਕਰਮਚਾਰੀ ਹੈ ਉਹ ਸਭ ਕੁਝ ਸਮਾਨ ਲੈ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹੋਏ ਡੋਡੀ ਵਿੱਚ ਇੱਕ ਜੂਨੀਅਰ ਵੱਲੋਂ ਪਕੜਿਆ ਗਿਆ ਸਾਡਾ ਜੇ ਸੁਪਰਡੈਂਟ ਸਭ ਮੌਜੂਦ ਨੇ ਸੁਪਰਡੈਂਟ ਸਾਹਿਬ ਸਭ ਤੋਂ ਪਹਿਲੇ ਜਾਨਣਾ ਚਾਹੋਗੇ ਕਿ ਜੋ ਇੱਕ ਪੂਰਾ ਹੀ ਪ੍ਰੋਸੈਸ ਹੋਇਆ ਹੈ ਰਾਤ ਵਾਲਾ ਇਹ ਕਿਹੜੇ ਅਧਿਕਾਰੀ ਸੀਗੇ ਤੇ ਕਿਸ ਤਰੀਕੇ ਨਾਲ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਐਕਚੁਅਲੀ ਇਹ ਕੱਲ ਸ਼ਾਮ ਦੀ ਗੱਲ ਸੀ ਕੱਲ ਸ਼ਾਮ 4:05 ਤੇ ਕੱਲ ਸ਼ਾਮ 4 ਵਜੇ ਕੇ 5 ਮਿੰਟ ਤੇ ਡਿਊੜੀ ਦੇ ਵਿੱਚ ਜਿਹੜੇ ਅਸਿਸਟੈਂਟ ਸੁਪਰਡੈਂਟ ਬਿੰਨੀ ਟੈਂਕ ਸੀਗੇ ਉਹ ਅੰਦਰ ਜਾ ਰਹੇ ਸੀਗੇ ਅੰਦਰ ਜਾਣ ਵਾਸਤੇ ਨੇਚਰਲੀ ਉਹਨਾਂ ਨੂੰ ਜਿਹੜੀ ਹੈਗੀ ਡਿਊੜੀ ਦੇ ਵਿੱਚ ਜੋ ਪ੍ਰੋਟੋਕਾਲ ਸੀਗਾ ਸਰਚ ਕਰਵਾ ਕੇ ਅੰਦਰ ਜਾਣਾ ਬੰਦਾ ਸੀਗਾ ਔਰ ਜਿਹੜਾ ਉੱਥੇ ਲੜਕਾ ਜਸਵੀਰ ਸਿੰਘ ਸੀਗਾ ਉਹਦੀ ਡਿਊਟੀ ਸੀਗੀ ਸਰਚ ਕਰਨ ਤੇ ਤੇ ਉਹਨੇ ਜਦੋਂ ਉਹਦੀ ਫਿਜ਼ੀਕਲ ਸਰਚ ਕੀਤੀ ਤਾਂ ਫਿਜ਼ੀਕਲ ਸਰਚ ਦੇ ਵਿੱਚ ਉਹਦੇ ਕੋਲ ਕੁਝ ਨਹੀਂ ਮਿਲਿਆ ਉਨੇ ਉਹਦੇ ਹੱਥ 'ਚ ਫਾਈਲ ਸੀਗੀ ਜਿਹਦੇ ਤੇ ਆਫਿਸ ਰਿਕਾਰਡ ਵਗੈਰਾ ਉਹਨੇ ਕਲੇਮ ਕਰਦਾ ਸੀਗਾ ਕਿ ਮੇਰਾ ਹੈਗਾ ਹੈਗਾ ਕਿਉਂਕਿ ਜਿਹੜਾ ਆਫਿਸ ਦਾ ਕੰਮ ਹੈ ਉਹਦੇ ਕੋਲ ਪ੍ਰੀ ਮੈਜਰ ਰੀਲੀਜ਼ ਕੇਸ ਹੈਗੇ ਸੀਗੇ ਉਹਦੇ ਕੋਲ ਉਹ ਆਪਣਾ ਕਸਟੋਡੀਅਲ ਡੈਥ ਵਗੈਰਾ ਦੇ ਕੇਸ ਸੀਗੇ ਜਾਂ ਹਸਪੀਟਲ ਦੇ ਕੰਮ ਵਗੈਰਾ ਸੀਗਾ ਤੇ ਹਸਪੀਟਲ ਹੀ ਅੰਦਰ ਜਾਣ ਵਾਸਤੇ ਉਹ ਕਹਿ ਰਿਹਾ ਸੀਗਾ ਕਿ ਮੈਂ ਅੰਦਰ ਚੱਲਿਆ ਤੇ ਮੈਂ ਫਾਈਲ ਲੈ ਕੇ ਚੱਲਿਆ ਤਾਂ ਉਹ ਲੜਕੇ ਨੇ ਕਿਹਾ ਕਿ ਮੈਨੂੰ ਜਿਹੜੇ ਤੁਸੀਂ ਇਹ ਫਾਈਲ ਚੈੱਕ ਕਰਵਾ ਦਿਓ ਉਹ ਉਸ ਨਾਲ ਆਰਗੂ ਕਰਨ ਲੱਗ ਗਿਆ ਤੇ ਉਹਨੇ ਉਹਨੂੰ ਫਾਈਲ ਚੈੱਕ ਨਹੀਂ ਕਰਵਾਈ ਜਿਸ ਤੇ ਜਿਹੜਾ ਹੈਗਾ ਕਿ ਉਹਨੇ ਆਪਣੇ ਇਨਚਾਰਜ ਜਿਹੜਾ ਸੀਗਾ ਰਣਜੀਤ ਸਿੰਘ ਅਸਿਸਟੈਂਟ ਸਟੂਡੈਂਟ ਜਿਹੜੇ ਡਿਊਟੀ ਦੇ ਸੀਗੇ ਉਹਨਾਂ ਨੂੰ ਗਿਆ ਤੇ ਇਹ ਉਹਨਾਂ ਦੇ ਨਾਲ ਗੁਸਤਾਖੀ ਨਾਲ ਬੋਲ ਬੋਲਣ ਲੱਗ ਗਿਆ ਤੇ ਹੱਥੋਂ ਪਾਈ ਕਰਨ ਤੱਕ ਆਇਆ ਤੇ ਫਿਰ ਇਹ ਉਸ ਤੋਂ ਬਾਅਦ ਉਹ ਭੱਜ ਕੇ ਵਾਰੈਂਟ ਆਫਿਸ ਜਿਹੜਾ ਆਪੋਜ਼ਿਟ ਸਾਈਡ ਸੀਗਾ ਉਧਰ ਨੂੰ ਚਲਾ ਗਿਆ ਇਹ ਫਿਰ ਤਿੰਨੋਂ ਲੜਕੇ ਸੀਗੇ ਜਿਹੜੇ ਡਿਊਟੀ ਵਿੱਚ ਹਾਜ਼ਰ ਸੀਗੇ ਜਿਹੜੇ ਡਿਊਟੀ ਆਫੀਸਰਸ ਸੀਗਾ ਰਣਜੀਤ ਸਿੰਘ ਜਸਵੀਰ ਸਿੰਘ ਔਰ ਗੁਰਿੰਦਰ ਸਿੰਘ ਇਹ ਤਿੰਨੋਂ ਜਨੇ ਫਿਰ ਉਹਨਾਂ ਦੇ ਮਗਰ ਗਏ ਔਰ ਉਹਨੂੰ ਉਹ ਜਿਹੜੀ ਫਾਈਲ ਹੈ ਕਿ ਤੋ ਛੁਪਾਨ ਨਹੀਂ ਦਿੱਤੀ ਉਹ ਤੇ ਫਾਈਲ ਨੂੰ ਉਹਨੂੰ ਉਹਦੇ ਹੱਥੋਂ ਪਕੜ ਲਿਆ ਔਰ ਜਦੋਂ ਦੇਖਿਆ ਤਾਂ ਉਹਦੇ ਵਿੱਚ ਮੋਬਾਈਲ ਸੀਗਾ ਨਵਾਂ ਮੋਬਾਈਲ ਸੀਗਾ ਟੱਚ ਸਕ੍ਰੀਨ ਔਰ ਉਹਦੇ ਨਾਲ ਇੱਕ ਪੌਚ ਸੀਗਾ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉੱਥੇ ਮੌਕੇ ਤੇ ਐਡੀਸ਼ਨਲ ਸਬ-ਡੰਨ ਜੇਲ ਸੀਗੇ ਅਰਪੰਜੋ ਜੀ ਉਹਨਾਂ ਦੇ ਇਹ ਪੇਸ਼ ਕਰਵਾ ਦਿੱਤੀਆਂ ਜਦੋਂ ਉਹਨਾਂ ਦੇ ਸਾਹਮਣੇ ਇਹ ਚੀਜ਼ਾਂ ਦੇਖੀਆਂ ਤਾਂ ਉਹਦੇ ਵਿੱਚ ਜਿਹੜੇ ਮੋਬਾਈਲ ਦੇ ਨਾਲ ਨਾਲ ਉਹ ਜਿਹੜਾ ਪੈਕੇਟ ਸੀਗਾ ਪੈਕੇਟ ਦੇ ਵਿੱਚੋਂ ਅ 8 ਕੁੜੀਆਂ ਨਿਕਲੀਆਂ 8 ਕੁੜੀਆਂ ਬਹੁਤ ਛੋਟੀਆਂ ਜੀਆਂ ਜਿੰਨਾਂ ਦਾ weight ਸੀਗਾ ਅ 7 8.10 ਗ੍ਰਾਮ ਇਹ ਇਹ ਜਿਹੜੀ ਹੈ ਵਾਈਟ ਕਲਰ ਦਾ ਪਾਊਡਰ ਜਿਹੜਾ ਸੀਗਾ ਉਹ ਕੁਝ ਨਸ਼ੀਲਾ ਪਦਾਰਥ ਲੱਗਦਾ ਸੀਗਾ ਜਿਸ ਕਾਰਨ ਇਹ ਜਦੋਂ ਅਸੀਂ ਇਹਨੂੰ ਤੋਂ ਪੁੱਛਿਆ ਤਾਂ ਇਹਨੇ ਸਾਨੂੰ ਕੁਝ ਕਲੀਅਰ ਗੱਲ ਨਹੀਂ ਕਰ ਰਿਹਾ ਸੀਗਾ ਤੇ ਫਿਰ ਅਸੀਂ ਇਮੀਡੀਏਟ ਜਿਹੜੀ ਹੈਗੀ ਹੈ ਦੀ ਕਾਰਵਾਈ ਕਰਨ ਵਾਸਤੇ ਅਸੀਂ ਪੁਲਿਸ ਨੂੰ ਜਿਹੜਾ ਤਾਂ ਕੇਸ ਦਿੱਤਾ ਸਰ ਜਦੋਂ ਕੋਈ ਕੋਈ ਸੀਨੀਅਰ ਮੰਨ ਲਓ ਅੰਦਰ ਐਂਟਰੀ ਕਰਦਾ ਹੈ ਤਾਂ ਆਮ ਤੌਰ ਤੇ ਵੇਖਦੇ ਕਿ ਜੁਨੀਅਰ ਸਿਰਫ ਸਲੂਟ ਮਾਰਦੇ ਨੇ ਪਰ ਇੱਥੇ ਕਾਰਵਾਈ ਕੀਤੀ ਗਈ ਹੈ ਕਿ ਇਸ ਲਈ ਵੀ ਡਿਪਾਰਟਮੈਂਟ ਕੋ ਸੋਚਿਆ ਕਿ ਇੰਨਾ ਵਧੀਆ ਕੰਮ ਕੀਤਾ ਕਿਸੇ ਤੁਹਾਡੇ ਕਰਮਚਾਰੀ ਨੇ ਬਿਲਕੁਲ ਬਿਲਕੁਲ ਬਹੁਤ ਵਧੀਆ ਕੰਮ ਕੀਤਾ ਹੈ ਲੜਕੇ ਨੇ ਔਰ ਪਹਿਲਾਂ ਵੀ ਇਹ ਲੜਕਾ ਡੀਜੀਪੀ ਡਿਸਕ ਵੱਲੋਂ ਰਿਵਾਰਡ ਹੋ ਚੁੱਕਾ ਔਰ ਹੁਣ ਜਦੋਂ ਡੀਜੀਪੀ ਸਰ ਨੂੰ ਇਹਦੇ ਬਾਰੇ ਪਤਾ ਲੱਗਿਆ ਹੈਗਾ ਤੇ ਉਹਨਾਂ ਨੇ ਸਪੈਸ਼ਲੀ ਇਹਦੇ ਨਾਲ ਲੜਕੇ ਨਾਲ ਗੱਲ ਕੀਤੀ ਆਪ ਔਰ ਕੇਸ ਬਾਰੇ ਜਾਇਜ਼ਾ ਲਿਆ ਔਰ ਡੀਜੀਪੀ ਐਸਟੀਐਫ ਵੱਲੋਂ ਇਹਨੂੰ 25000 ਰੁਪਏ ਦਾ ਜਿਹੜਾ ਕੈਸ਼ ਰਿਵਾਰਡ ਦਿੱਤਾ ਗਿਆ 5000 ਰੁਪਿਆ ਦਾ ਰਿਵਾਰਡ ਜਿਹੜਾ ਡੀਜੀਪੀ ਪ੍ਰਿਜ਼ਨਸ ਵੱਲੋਂ ਇਹਨਾਂ ਨੂੰ ਲਾਓ ਲੜਕੇ ਨੂੰ ਕੀਤਾ ਗਿਆ ਹੈ ਉਸ ਤੋਂ ਇਲਾਵਾ ਇਹਨੂੰ ਜਿਹੜੀ ਹੈਗੀ ਹੈ ਡੀਜੀਪੀ ਡਿਸਕ ਨਾਲ ਰეკਮੈਂਡ ਕੀਤਾ ਜਾ ਰਿਹਾ ਹੈ ਅਸਰ ਮੁਝੇ ਪਾਸੇ ਗੱਲ ਆ ਜਾਂਦੀ ਹੈ ਕਿ ਜਦੋਂ ਇਹੋ ਜਿਹੇ ਵਿਅਕਤੀ ਫੜੇ ਜਾਂਦੇ ਨੇ ਜੋ ਕਿ ਵੱਡੇ ਉਪਾਦੇ ਤਨਤ ਹੁੰਦੇ ਨੇ ਤਾਂ ਕਿਤਨਾ ਕਿਤੇ ਜਦੋਂ ਕਾਰਵਾਈ ਹੁੰਦੀ ਹੈ ਤਾਂ ਜਿਸ ਵਿਅਕਤੀ ਨਾਲ ਤੇ ਕਾਰਵਾਈ ਹੁੰਦੀ ਹੈ ਤਾਂ ਇਹ ਕਿਸ ਤਰੀਕੇ ਨਾਲ ਹੁੰਦਾ ਹੈ ਕਿ ਜਦੋਂ ਪ੍ਰੋਸੈਸ ਪੂਰਾ ਚੱਲਦਾ ਹੈ ਵਾਲਾ ਕਾਰਵਾਈ ਦਾ ਇਹ ਬਰਾਮਦਗੀ ਤੋਂ ਲੈ ਕੇ ਅਗਲੀ ਸਜ਼ਾਵਾਂ ਤੱਕ ਦੀ ਗੱਲਬਾਤ ਕਰੀਏ ਆਪਾਂ ਇਹ ਜੇਲ੍ਹ ਵਿਭਾਗ ਇਸ ਨੂੰ ਕਿਵੇਂ ਦੇਖਦੇ ਦਿਖੋ ਜੀ ਹੈ ਸ਼ਰਮਨਾਕ ਗੱਲ ਕਿਉਂਕਿ ਸਾਡੇ ਆਫੀਸਰ ਸਾਡੇ EMPLOYEES ਨੂੰ ਇਹ ਚੀਜ਼ਾਂ ਬਿਲਕੁਲ ਸ਼ੋਭਾ ਨਹੀਂ ਦਿੰਦੀਆਂ ਜਦੋਂ ਅਸੀਂ ਯੂਨੀਫਾਰਮ ਪਾ ਕੇ ਅੰਦਰ ਸਾਡੀ ਡਿਊਟੀ ਹੈਗੀ ਹੈ ਜੋ ਕਿ ਸਾਡੇ ਜੱਜ ਸਾਹਿਬਾਨਾਂ ਵੱਲੋਂ ਬੰਦ ਪ੍ਰਿਜ਼ਨ ਨੂੰ ਭੇਜਿਆ ਜਾਣਾ ਸੇਫ ਹੈਂਡਸ ਕਿਓਰ ਕਸਟਡੀ ਦੇ ਵਿੱਚ ਬੰਦੇ ਨੂੰ ਰੱਖਣਾ ਇਟ ਮੀਨਸ ਵੀ ਇਹ ਇਹ ਚੀਜ਼ਾਂ ਤੋਂ ਜੋ ਜੋ ਰੂਲਸ ਬੋਲਦੇ ਆ ਔਰ ਰੂਲਜ਼ ਦੇ ਮੁਤਾਬਕ ਤਾਂ ਇਹ ਇਹ ਚੀਜ਼ਾਂ ਤਾਂ ਕਿਸੇ ਨੇੜ ਨਜ਼ਦੀਕ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਵੀ ਪਰ ਜਿਹੜੇ ਅੰਦਰ ਪ੍ਰिजनਰਸ ਹੁੰਦੇ ਆ ਉਹ ਪ੍ਰिजनਰਸ ਇਹੀ ਦੇਖਦੇ ਆ ਕਿ ਕਿਹੜਾ ਬੰਦਾ ਜਿਹੜਾ ਹੈਗਾ ਸਾਨੂੰ ਮਤਲਬ ਜਲਦੀ ਕਿਸੇ ਵੀ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਆਪਣੇ ਨੇੜੀਕ ਕਰੀਏ ਜਾਂ ਕਿਸੇ ਵੀ ਤਰੀਕੇ ਨਾਲ ਉਹਦੇ ਮਨ 'ਚ ਲਾਲਚ ਕਰੀਏ ਜਾਂ ਉਹਨੂੰ ਡਰਾਈਏ ਜਾਂ ਧਮਕਾਈਏ ਕੁਝ ਵੀ ਕਰਕੇ ਅਸੀਂ ਉਹਨੂੰ ਆਪਣੇ ਯੂਜ਼ ਵਾਸਤੇ ਰੱਖੀਏ ਇਹ ਹੁਣ ਸਾਡੇ ਆਫੀਸਰ ਨੂੰ ਸਾਡੇ ਏਮਪਲੋਈ ਨੂੰ ਚਾਹੀਦਾ ਹੈਗਾ ਕਿ ਤੁਸੀਂ ਅਗਰ ਇਹੋ ਜੀ ਕੋਈ ਗੱਲ ਹੋਏ ਜਾਂ ਤਾਂ ਸਾਡੇ ਅਗਰ ਕੋਈ ਧਮਕੀ ਵਾਲੀ ਗੱਲ ਆ ਤਾਂ ਸਾਡੇ ਨਾਲ ਸ਼ੇਅਰ ਕਰੋ ਪੈਸੇ ਵਾਲੀ ਗੱਲ ਦੇ ਵਿੱਚ ਤਾਂ ਬਿਲਕੁਲ ਆਣਾ ਹੀ ਨਹੀਂ ਚਾਹੀਦਾ ਉਹ ਤਾਂ ਮਤਲਬ ਇੱਕ ਆਪਾਂ ਕਹਿ ਸਕਦਾ ਕਿ ਆਪਾਂ ਆਪਣੇ ਉਹਦੇ ਡਿਊਟੀ ਨਾਲ ਡਗਾ ਹੀ ਕਰ ਰਹੇ ਹਾਂ ਤੇ ਇਹ ਜਿਹੜੇ ਹੈਗੇ ਇਹ ਚੀਜ਼ਾਂ ਬਰਦਾਸ਼ਤ ਵਾਲੀਆਂ ਨਹੀਂ ਐ ਔਰ ਪਹਿਲਾਂ ਹੀ ਸੀਐਮ ਸਰ ਨੇ ਪਹਿਲਾਂ ਹੀ ਕਲੀਅਰ ਕਰ ਦਿੱਤਾ ਗਿਆ ਸੀਗਾ ਕਿ ਜੇਲ੍ਹਾਂ ਦੇ ਵਿੱਚ ਡਰੱਗਸ ਔਰ ਮੋਬਾਈਲਸ ਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਏਗਾ ਤੇ ਨੈਚੁਰਲੀ ਆ ਉਹੀ ਮੰਤਰੀ ਸਾਹਿਬ ਆਏ ਸੀਗੇ ਇੱਥੇ 4 6 2022 ਨੂੰ ਤਾਂ ਉਹੀ ਸਾਨੂੰ ਸਟ੍ਰਿਕਲੀ ਸਾਨੂੰ ਡਾਇਰੈਕਟ ਕਰ ਗਏ ਸੀਗੇ ਕਿ ਮੈਂ ਬਾਕੀ ਚੀਜ਼ ਬਰਦਾਸ਼ਤ ਕਰ ਸਕਦਾ ਪਰ ਇਹ ਚੀਜ਼ ਜਿਹੜੀ ਹੈ ਨਹੀਂ ਬਰਦਾਸ਼ਤ ਕੀਤੀ ਜਾਏਗੀ ਔਰ ਅਸੀਂ ਇਸ ਨੂੰ ਪੂਰਾ ਸੀਰੀਅਸਲੀ ਲੈ ਰਹੇ ਸੀਗੇ ਅਸੀਂ ਹਰੇਕ ਪਾਸੇ ਉਹ ਥ्रोइंग ਵੀ ਕਟਵਾਈ ਹੈ ਅੰਦਰ ਪ੍ਰਿਜ਼ਨਰਜ਼ ਇਨਵੋਲਵਮੈਂਟ ਦੇਖ ਰਹੇ ਸੀਗੇ ਕਿ ਕਿਹੜੇ ਲੜਕੇ ਬੁਰੀਆਂ ਐਕਟੀਵਿਟੀਆਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਅਸੀਂ ਕਿਵੇਂ ਨਜਾਮ ਮਤਲਬ ਕਰ ਸਕਦੇ ਹਾਂ ਕਿਸੇ ਨੂੰ ਅਸੀਂ ਰਿਕਵਰ ਕੀਤਾ ਕਿਸੇ ਤੋਂ ਸਾਰੀ ਚੀਜ਼ ਕਰਕੇ ਕਿਸੇ ਨੂੰ ਅਸੀਂ ਇਥੋਂ ਟਰਾਂਸਫਰ ਕਰਵਾਇਆ ਕਿ ਤਾਂਕਿ ਅਸੀਂ ਆਪਣੀ ਜੇਲ੍ਹ ਦਾ ਜਿਹੜਾ ਮਾਹੌਲ ਆ ਉਹ ਸ਼ਾਂਤਮਈ ਔਰ ਵਧੀਆ ਬਣਾ ਸਕੀਏ ਤਾਂਕਿ ਇਸ ਤੋਂ ਬਾਅਦ ਅਸੀਂ ਇਸ ਨੂੰ ਰਿਫਾਰਮ ਵਾਲੇ ਪਾਸੇ ਜਾ ਸਕੀਏ ਔਰ ਬੜੇ ਅچھے ਤਰੀਕੇ ਨਾਲ ਮੈਂ ਦੇਖਿਆ ਕਿ ਸਾਡੀ ਟੀਮ ਚੱਲ ਰਹੀ ਹੈ ਔਰ ਜਿਹੜੇ ਕੋਈ ਲੜਕੇ ਇਹੋ ਜੀ ਹਰਗੱਦ ਕਰ ਰਹੇ ਆ ਜਿਵੇਂ ਬਿਨੀ ਡੈਂਗ ਨੇ ਕੀਤੀ ਹੈ ਬਰਦਾਸ਼ਤ ਦੇ ਲਾਈਕ ਨਹੀਂ ਸੀਗੀ ਔਰ ਤਾਂ ਹੀ ਅਸੀਂ ਇਮੀਡੀਏਟ ਦੀ ਰਿਪੋਰਟ ਜਿਹੜੀ ਹੈਗੀ ਆਪਣੇ ਡੀਜੀਪੀ ਸਰ ਨੂੰ ਕਰਤੀ ਸੀ ਔਰ ਸਟ੍ਰਿਕਟ ਐਕਸ਼ਨ ਡੀਜੀਪੀ ਸਰ ਦੇ ਹੁਕਮਾਂ ਨਾਲ ਹੋਇਆ ਸਰ ਮੇਰਾ ਅਗਲਾ ਸਵਾਲ ਹੈ ਜੀ ਬਿਹਤਰੀਨ ਕੰਮ ਕੀਤਾ ਤੁਹਾਡੀ ਪੂਰੀ ਟੀਮ ਨੇ ਬਲਾਈ ਦੀ ਪੱਤਰ ਹੈਗੀ ਹੈ ਦੂਜੇ ਪਾਸੇ ਕੁਝ ਲੋਗ ਹੋਰ ਵੀ ਹੋਣਗੇ ਜੋ ਇਸ ਤਰੀਕੇ ਨਾਲ ਕੰਮ ਕਾਰਵਾਈ ਕਿਸੇ ਨਾ ਕਿਸੇ ਅੰਜਾਮ ਦੇ ਦਿੰਦੇ ਨੇ ਕਿਉਂਕਿ ਬਿਨਾ ਮਿਲੇ ਬੁਗਤ ਤੋਂ ਕੁਝ ਵੀ ਨਹੀਂ ਹੋ ਸਕਦਾ ਤਾਂ ਉਹਨਾਂ ਲੋਕਾਂ ਵਾਸਤੇ ਕੋਈ ਖਾਸ ਤੌਰ ਤੇ ਚੇਤਾਵਨੀ ਦੇਣਾ ਚਾਹਾਂਗੇ ਮੈਂ ਸਿੰਪਲ ਇਹੀ ਚੇਤਾਵਨੀ ਦੇਣਾ ਚਾਹਨਾ ਕਿ ਸਮੇ ਦੇ ਨਾਲ ਬਦਲ ਜਾਣਾ ਚਾਹੀਦਾ ਹੈ ਅੱਜ ਦਾ ਸਮੇ ਇਹੋ ਜਿਹਾ ਨਹੀਂ ਹੈ ਅਗਰ ਸਾਨੂੰ ਸਰਕਾਰ ਆਲਰੇਡੀ ਹੀ ਇੰਨੀ ਸੈਲਰੀ ਦੇ ਰਹੀ ਹੈ ਕਿ ਅਸੀਂ ਆਪਣੇ ਪਰਿਵਾਰ ਦਾ ਅੱਛਾ ਗੁਜ਼ਾਰਾ ਕਰ ਸਕਦੇ ਹਾਂ ਅਸੀਂ ਆਪਣੇ ਪਰਿਵਾਰ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਕਰ ਸਕਦੇ ਹਾਂ ਔਰ ਇਹ ਇਹ ਜਿਹੜੇ ਗਲਤ ਤਰੀਕੇ ਨਾਲ ਜੇ ਅਸੀਂ ਕਹੀਏ ਕੀ ਬੜਾ ਆਸਾਨ ਜਿਹਾ ਤਰੀਕਾ ਹੈ ਪੈਸੇ ਕਮਾਉਣ ਦਾ ਉਹ ਉਹ ਇੱਕ ਜਰੀਆ ਸਾਨੂੰ ਨਰਕ ਚ ਪਹੁੰਚਾਉਣ ਵਾਲਾ ਹੈ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਇਸ ਚੀਜ਼ ਚ ਰੁਲ ਜਾਂਦੀ ਹੈ ਔਰ ਇਹੀ ਡਾਇਰੈਕਟ ਜਿਹੜੇ ਕਲੀਅਰ ਅ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਸਾਡੇ ਡੀਜੀਪੀ ਸਰ ਜਿਹੜੇ ਹੈਗੇ ਹਰਪ੍ਰੀਤ ਸਿੰਘ ਸਿੱਧੂ ਜੀ ਉਹਨਾਂ ਵੱਲੋਂ ਡਾਇਰੈਕਟਲੀ ਸਾਰੀਆਂ ਜੇਲ੍ਹਾਂ ਚ ਕਲੀਅਰ ਹੀ ਕਹਿ ਦਿੱਤਾ ਗਿਆ ਹੈਗਾ ਕਿ ਜੇ ਤੁਸੀਂ ਡਿਊਟੀ ਇਮਾਨਦਾਰੀ ਨਾਲ ਕਰ ਸਕਦੇ ਆ ਤਾਂ ਕਰੋ ਨੀਤਾ ਤੁਸੀਂ ਮਤਲਬ ਤਿਆਰੀ ਰੱਖੋ ਆਪਣੀ ਤੇ ਇਹੀ ਚੀਜ਼ ਸਾਰਿਆਂ ਨੂੰ ਸਮਝਾਈ ਜਾ ਰਹੀ ਹੈ ਪਰ ਜੇ ਕੋਈ ਨਹੀਂ ਸਮਝਦਾ ਤਾਂ ਨੈਚੁਰਲੀ ਆ ਉਹ ਆਪ ਜ਼ਿੰਮੇਵਾਰ ਆ ਉਸ ਚੀਜ਼ ਦਾ ਉਹ ਉਹਦੇ ਵਾਸਤੇ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਜੁਲਾਈ ਮੈਂ ਆਈ ਉਹ ਟੀਮ ਹੈਗੀ ਹੈ ਜਿਹਦੀ ਰੈਨੂਏ ਇਸ ਵਕਤ ਜਿਹੜੀ ਗੱਲਬਾਤ ਕਰੀ ਆਪਾਂ ਫਰੀਦਕੋਟ ਜੇਲ੍ਹ ਵਿੱਚ ਇਸ ਵਕਤ ਇਹਨਾਂ ਦੀ ਪੂਰੀ ਨਿਗਰਾਨੀ ਹੈਗੀ ਹੈ ਕੋਈ ਵੀ ਮਾੜਾ ਅਨਸਰ ਜੇ ਕੋਈ ਸਟੈਪ ਚੱਕਦਾ ਤੁਰੰਤ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਫਿਲਹਾਲ ਦੀ ਗੱਲ ਕਰੀਏ ਤਾਂ ਜਸਵੀਰ ਸਿੰਘ ਵਰਗੇ ਕਰਮਚਾਰੀ ਵੀ ਅੱਜ ਇਹੋ ਜਿਹੇ ਹੈਗੇ ਨੇ ਜਿਹੜਾ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਗੱਲਬਾਤ ਕਰੀ ਤਾਂ ਮਾਨਵਦਾਨ ਦੇ ਨੇ ਕਿਉਂਕਿ ਕਈ ਕਰਮਚਾਰੀ ਇਹੋ ਜਿਹੇ ਨੇ ਜਿਨ੍ਹਾਂ ਨੇ ਲਗਾਤਾਰ ਪੰਜਾਬ ਪੁਲਿਸ ਦੀ ਛਵੀ ਜਿਹੜੀ ਹੈਗੀ ਉਸ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਜਸਵੀਰ ਸਿੰਘ ਵਰਗੇ ਜੋ ਕਰਮਚਾਰੀ ਨੇ ਇਹ ਲਗਾਤਾਰ ਦੇਸ਼ ਦੀ ਸੇਵਾ ਲਈ ਅਤੇ ਚੰਗਾ ਸਮਾਜ ਬਣਾਉਣ ਲਈ ਲ ਇਸ ਤ੍ਰਿਕਨਾਲ ਕਾਰਵਾਈਆਂ ਜੋ ਹੈ ਡਿਊਟੀ ਜਿਹੜੀ ਹੈਗੇ ਉਹ ਤੰਦੇਹੀ ਨਾਲ ਕਰਦੇ ਰਹਿੰਦੇ ਨੇ ਫਰੀਦਕੋਟ ਤੋਂ ਕੈਮਰਾ ਪਛਾ ਰਾਜेश ਬਾਗੜੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ ਚ 101% ਦੀ ਗਰੰਟੀ ਨਾਲ ਸਮਾਧਾਨ ਵਸ਼ਿਕਰਨ ਅਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਿਹੜੇ ਤੋਂ ਬਾਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਬੰਨ ਜਾਦੂ ਟੋਣਾ ਮਨਮੋਣੀ ਵਸ਼ਿਕਰਨ ਕਰਵਾਉਣਾ ਜਾਂ ਤੜਵਾਉਣਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 9643503221